ਜਲਾਲਾਬਾਦ ਮਿਲਣ ਜਾਂਦੀ ਸੀ ਇਹ 2000 ਰੁਪਏ ਰਾਤਾਂ ਦਾ ਲੈਂਦੀ ਸੀ पिंड भी व्याई रही उ बच्चा छड़ के आइए सात 12 सालों का 4 लाख की डिमांड की है हर ब्लॉक में पैसे मार दे बस उन्हें छोड़ दिता 2 लाख रुपया मार लिया कुड़ी का रिकॉर्डिंग सब कुछ गए चिट्टा वेचता है मां आप धंधे कर दी है तुम बेचारे पशु थी अभी उन्होंने बचा दिता है अज जी ये सानू विचोलिया ने झूठे जड़ाते दिते आ मुंडा बिलकुल कुवारा है लाड़ा जी गया चला वो भज गया अगे 3 घर जाड़े हुए चौथा एक होर जाण लगा कुआरी कुड़ी दा सत श्री अकाल मैं हरमन कुलार जी देख रहे हो चढ़दी कला टाइम टीवी ਵਿਆਹ ਦੇ ਵਿੱਚ ਸ਼ਗਨ ਪੈਂਦੇ ਸਾਰਿਆਂ ਨੇ ਵੇਖੇ ਹੋਣਗੇ ਪਰ ਵਿਆਹ ਦੇ ਵਿੱਚ ਛਿੱਤਰ ਪੈਣ ਦੀਆਂ ਜਿਹੜੀਆਂ ਤਸਵੀਰਾਂ ਨੇ ਜਲਾਲਾਬਾਦ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੁੱਲੋ ਦੁਆਈ ਮਸ਼ੂਕ ਨੇ ਚੌਥੇ ਵਿਆਹ ਦਾ ਲਾੜੇ ਦਾ ਪਲਾਨ ਫੇਲ ਕਰ ਦਿੱਤਾ ਹੈ ਚੌਪਟ ਕਰ ਦਿੱਤਾ ਹੈ ਤੇ ਜਿਹੜਾ ਮੌਕੇ ਤੋਂ ਲਾੜਾ ਦੱਸਿਆ ਜਾ ਰਿਹਾ ਹੈ ਫਰਾਰ ਹੈ ਤੇ ਜਿਹੜਾ ਬਾਅਦ ਵਿੱਚ ਬਰਾਤੀਆਂ ਦੀ ਸ਼ਾਮਤ ਆਈ ਹੈ ਤੁਹਾਡੇ ਸਾਹਮਣੇ ਇਸ ਵਕਤ ਤਸਵੀਰਾਂ ਨੇ ਕਿ ਕਿਸ ਤਰੀਕੇ ਦਾ ਮਾਹੌਲ ਬਣ ਚੁੱਕਿਆ ਹੈ ਜਿੱਥੇ ਖੁਸ਼ੀਆਂ ਦਾ ਮਾਹੌਲ ਸੀ ਉਹ ਹਾਸੋਹੀਣਾ ਹੋ ਚੁੱਕਿਆ ਹੈ ਤਬਦੀਲ ਹੋ ਚੁੱਕਿਆ ਹੈ ਖੁਸ਼ੀ ਦੇ ਮਾਹੌਲ पर अलग तरह दीयां खुशियां ने क्योंकि जिहड़ा इह माहौल है जिहड़ा इह इस वक्त अजिहा बन चुका है कि लाड़े दा जिहड़ा प्लान फेल होया है क्योंकि जिहड़ी मशूक है उह मौके ते पहुंच जांदी है ते बराती ने जिहड़े उन्हां नूं हत्थां पैरां दी पै जांदी है कि लाड़ा तां हुण भज गया असीं उह रहि गए ते जिहड़े छित्तर ने उह फिर बरातियां दे पैंदे होए नज़र आ रहे ने। तां दूजे पासे जेकर गल करिए पिता दी तां पिता दीयां इस वक्त बहुत भावुक तस्वीरां सामणे आ रहियां ने क्योंकि किसे वी पिता दे वल्लों बहुत सारा खर्चा करके अपनी कुड़ियां दा विआह कीता जांदा है 4 कुड़ियां दा इह पिता दस्सिया जा रहा है जिसके वल्लों इस विआह नूं लैके की तैयारियां कीतियां गईयां सी जिस तों बाद उस नूं इह दिन देखणा पया जिसका उसने कदे अंदाजा भी नहीं लगाया होवेगा। आओ महसूस करन दी कोशिश करते हैं। अच्छा की नाम है जी तुहाडा? वीना रानी मेरा नाम है। की मसला होया? मसला इह होया वी मेरे घर वाले नूं साल हो गया डैथ होई नूं ते मैनूं वी घर तों बाहर कढ दित्ता ते मेरी दराणी हैगी है ते वी उत्थे 3-4 साल रही है ते इहनूं वी घर तों बाहर कढ दित्ता ने इस करके सानूं पता लग्गा वी इत्थे विआह करदे पैणे ਤਾਂ ਕਰਕੇ ਅਸੀਂ ਪਹੁੰਚੇ ਅਸੀਂ ਅੱਜ। ਉਹ ਤਾਂ ਕਹਿੰਦੇ ਵੀ ਇਹ ਨਾ ਵਿਆਹ ਹੋਇਆ ਹੀ ਨਹੀਂਗਾ। ਨਹੀਂ ਇਹਨਾਂ ਦਾ ਵਿਆਹ ਹੋਇਆ ਹੈ। ਹਾਂਜੀ ਅਸੀਂ ਆਪ ਗਏ ਸੀ 10 ਬੰਦੇ ਲਿਆਂਦਾ ਹੈ। ਅੱਛਾ ਹਾਂਜੀ ਅੱਜ ਇੱਥੇ ਵਿਆਹ ਕਰਨਾ ਆਏ ਸੀਗੇ ਇਹ ਸਾਹਿਬ ਸਾਰੇ ਪਾਸੇ ਧੋਖਾਬਾਜ਼ੀ ਕਰਦਾ ਹੈ ਚੌਥਾ ਵਿਆਹ ਆਂਦਾ ਹੈਗਾ 3 ਅੱਗੇ ਹੋ ਗਏ ਨੇ ਚੌਥਾ ਇਹ ਕਰਵਾਉਂਦਾ ਪਏ ਨਾ ਠੱਗ ਲਿਆ ਉਹਨਾਂ ਨੇ ਕੁਆਰਾ ਸਮਝ ਕੇ ਕੁਆਰਾ ਨਹੀਂਗਾ ਇਹ ਵਿਆਹ ਹੋਇਆ ਮੁੰਡਾ ਹੈਗਾ ਚੌਥੀ ਥਾਂ ਤੇ ਗਏ ਬਸ। ਕੰਮ ਕੀ ਕਰਦਾ ਹੈ? ਕੰਮ ਕੋਈ ਵੀ ਨਹੀਂ ਜੂਆ ਖੇਡਦਾ ਬਸ ਸਾਨੂੰ ਵੀ ਘਰ ਤੋਂ ਬਾਹਰ ਕੱਢ ਦਿੱਤਾ ਮੇਰੇ ਘਰ ਵਾਲਾ ਉਹਦੇ ਕੋਲ ਪੈਸੇ ਮਾਰ ਤੋਂ ਛੱਡ ਦਿੱਤਾ ਮੇਰਾ ਜਿੰਨੇ ਕੋਲ ਪੈਸੇ ਮਾਰਦਾ ਹੈ ਬਸ ਉਹਨੂੰ ਛੱਡ ਦਿੱਤਾ 2 ਲੱਖ ਰੁਪਈਆ ਉਹਨੇ ਤਾਂ ਮਾਰ ਲਿਆ ਕੁੜੀ ਦਾ ਰਿਕਾਰਡਿੰਗ ਸਭ ਕੁਝ ਗਏ ਤੈਨੂੰ ਕੁੜੀ ਨੂੰ ਰੱਖ ਕੇ ਮੈਂ ਛੱਡ ਦੇਵਾਂਗਾ ਚਿੱਟਾ ਵੇਚਦਾ ਇਹਦੀ ਮਾਂ ਆਪ ਧੰਦੇ ਕਰਦੀ ਏ ਤੁਸੀਂ ਵਿਚਾਰੇ ਪਸ਼ੂ ਸੀ ਅਸੀਂ ਇਹਨਾਂ ਨੂੰ ਬਚਾ ਦਿੱਤਾ ਜੇ ਅਸੀਂ ਨਾ ਆਉਂਦੇ ਤੇ ਇਹਨਾਂ ਨੇ ਨਹੀਂ ਬਚਣਾ ਸੀ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਵੀਨਾ ਰਾਣੀ ਮੈਂ ਉਹਦੀ ਭਰਜਾਈ ਹਾਂ ਖੁਦ ਲਾੜੇ ਦੀ। ਲਾੜੇ ਦੀ ਭਰਜਾਈ? ਹਾਂਜੀ ਮੈਨੂੰ ਘਰ ਤੋਂ ਬਾਹਰ ਇਹਨਾਂ ਕੱਢ ਦਿੱਤਾ ਹੈ ਵੀ ਪਤਾ ਨਾ ਲੱਗੇ ਇਹਨੂੰ ਵੀ ਪਤਾ ਨਾ ਲੱਗੇ ਨਾ ਵੀ ਇਹਦੇ ਨਾਲ ਰਹਿੰਦਾ ਹੈਗਾ। ਹਾਂਜੀ ਹਾਂਜੀ ਸਾਨੂੰ ਪਤਾ ਸੀ। ਤੁਸੀਂ ਇਹਨਾਂ ਨੂੰ ਦੱਸਿਆ ਕਿਉਂ ਨਹੀਂ? ਇਹਨਾਂ ਦਾ ਨਹੀਂ ਪਤਾ ਸਾਨੂੰ ਇਹਨਾਂ ਦਾ ਪਤਾ ਸੀ ਇਹਨਾਂ ਦਾ ਰਾਹ ਦੀ ਸਾਨੂੰ ਪਤਾ ਲੱਗਾ ਤਾਂ ਅਚਾਨਕ ਫਿਰ ਤੁਹਾਨੂੰ ਬੁਲਾਇਆ ਤੇ ਅਚਾਨਕ ਹੀ ਅਸੀਂ ਆ ਗਏ। ਅੱਛਾ ਸਾਨੂੰ ਰਾਹ ਦੀ ਵੇਖਿਆ ਨਹੀਂ ਸਾਨੂੰ ਤਾਂ ਪਤਾ ਲੱਗਾ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਮੇਰੇ ਨਾਲ ਤਾਂ ਗੱਲ ਕੀਤੀ ਸੀ ਮੈਨੂੰ ਉਹ ਮੁਕਰੀ ਜਾਂਦਾ ਵੀ ਮੈਂ ਵਿਆਹ ਨਹੀਂ ਕਰਵਾਇਆ ਮੈਂ ਆਪ ਖੁਦ ਗਈਆਂ ਨੂੰ ਲੈਣੇ ਮੇਰੀ ਦਰਾਣੀ ਹੈ ਖੁਦ ਮੈਂ ਗਈ ਸੀ ਲੈਣ ਮੇਰੇ ਘਰ ਵਾਲੀ ਡੈਥ ਹੋ ਗਈ 2 ਮੇਰੇ ਬੱਚੇ ਨੇ
ਦੋ ਬੱਚੇ ਨੇ ਸਾਨੂੰ ਘਰ ਤੋਂ ਬਾਹਰ ਕੱਢ ਦਿੱਤਾ ਕੋਈ ਹਿੱਸਾ ਨਹੀਂ ਦਿੰਦੇ ਕੋਈ ਕੁਝ ਨਹੀਂ ਦਿੰਦੇ ਬਸ ਰੋਲਾ ਮੇਰੇ ਨਾਲ 3 ਸਾਲ ਰਹਿੰਦਾ ਰਿਹਾ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਘਰੇ ਉਹਦੇ ਲੱਗ ਰੱਖੀ ਵੀ ਰੱਖਾ ਸੀ ਕਹਿੰਦਾ ਘਰੇ ਲੈ ਆ ਜਾਵਾਂਗਾ ਥੋੜਾ ਜਿਹਾ ਸਾਡਾ ਮਾੜਾ ਮੋਟਾ ਰੋਲਾ ਪੈ ਗਿਆ ਜੱਪ ਦੇ ਵਿੱਚ ਮੇਰੇ ਨਾਲ ਫੋਨ ਤੇ ਗੱਲ ਕਰਦਾ ਮੇਰੇ ਕੋਲ ਆਂਦਾ ਵੀ ਹੈ ਕੱਲ ਮੈਨੂੰ ਕਹਿੰਦਾ ਮੈਨੂੰ ਫੋਨ ਲਾਇਆ ਸੀ ਮੈਨੂੰ ਕਹਿੰਦਾ ਮੇਰਾ ਵਿਆਹ ਰੱਖਾ ਹੋਇਆ ਜਿਹੜਾ ਮੇਰੇ ਤੋਂ ਹੁੰਦਾ ਕਰ ਲਵੀ ਮੈਂ ਕਿਹਾ ਚਲ ਮਜ਼ਾਕ ਕਰਦਾ ਮੈਂ ਕਿਹਾ ਮਜ਼ਾਕ ਕਰ ਲੈਂਦਾ ਰਾਤੀ ਵੀਡੀਓ ਪਾਈਆਂ ਸੀ ਮੈਨੂੰ ਤਾਂ ਸਾਰੀ ਜੀ ਪਤਾ ਲੱਗਾ ਹੈ ਮੈਨੂੰ ਹੁਣ ਇਨਸਾਫ ਚਾਹੀਦਾ ਹੈ ਇਹਨੇ ਕਿ ਇਹਨੂੰ ਮੇਰੀ ਜ਼ਿੰਦਗੀ ਬਰਬਾਦ ਕੀਤੀ ਹੁਣ ਚੌਥੀ ਦੀ ਫਿਰ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਨਸ਼ੇ ਇਹ ਕਰਦਾ ਚਿੱਟਾ ਇਹ ਲਾਉਂਦਾ ਸਾਰੇ ਜੂਆ ਇਹ ਖੇਡਦਾ ਮੇਰੇ ਕੋਲ 2.5 ਲੱਖ ਰੁਪਈਆ ਹੈਗਾ ਸੀ ਉਹ ਵੀ ਖਾ ਗਿਆ ਕੁਝ ਨਹੀਂ ਛੱਡਾ ਸੀ ਮੇਰੀ ਜ਼ਿੰਦਗੀ ਇਹਨੇ ਖਰਾਬ ਕਰ ਦਿੱਤੀ ਪਹਿਲਾਂ ਵਿਆਹ ਹੋਏ ਸੀ ਹਾਂਜੀ ਕਿੱਥੇ ਮੈਂ ਗੁਰੂ ਸਰ ਵਿਆਹ ਹੋਈ ਸੀ ਅੱਛਾ ਉੱਥੇ ਕੀ ਹੋਇਆ ਖਾ ਹੋ ਗਏ ਉਹ ਮੇਰੇ ਘਰ ਵਾਲੇ ਨਸ਼ੇ ਕਰਦੇ ਸੀ ਇਹਨੂੰ ਸਾਰਾ ਕੁਝ ਪਤਾ ਹੈਗਾ ਸੀ ਹਾਂ ਪਤਾ ਨੀ ਸਾਨੂੰ ਵੀਰ ਜਸਤ ਉੱਤੋਂ ਆਇਆ ਭੈਣਾ ਭਰਾ ਬਣ ਕੇ ਸਾਨੂੰ ਨੀ ਪਤਾ ਇਸ ਮਸਲੇ ਦਾ ਜਦੋਂ ਇਸ ਮੁੰਡੇ ਨੂੰ ਫੜਿਆ ਨੇ ਅਸੀਂ ਛਡਾਣ ਗਈਆਂ ਲੇਡੀ ਸਾਡੇ ਮੋਬਾਈਲ 70 80 ਯਾਰ ਦਾ ਲੈ ਗਏ ਸਰ ਸਾਨੂੰ ਨਹੀਂ ਪਤਾ ਸਰ ਇਹ ਕੁੜੀ ਦੇ ਰਿਲੇਸ਼ਨ ਮੇਰੇ ਨਾਲ ਸੀਗੇ ਸਰ ਮੇਰੀ ਮਾਸੀ ਦੇ ਮੁੰਡੇ ਦੇ ਸੀਗੇ ਇਹ ਦੋ ਥਾਂ ਤੇ ਵਿਆਹੀ ਵੀ ਹੈ ਪਿੰਡ ਡਿੱਬੀ ਉੱਥੇ ਦਾ ਇਹਦੇ ਕੋਲ 15 ਸਾਲਾਂ ਦਾ ਮੁੰਡਾ ਹੈ ਇਹਦਾ ਨਾਂ ਬੋਲੀ ਹੈ ਸਰ ਇਹਦਾ ਸਾਰਾ ਜਿਹੜਾ ਉਹ ਸਾਰਾ ਮਤਲਬ ਕਮਿਸ਼ਨ ਖਾਂਦਾ ਹੈ ਪੈਸਿਆਂ ਦਾ ਬਲੈਕਮੇਲ ਕਰਦਾ ਹੈ ਸਰ ਇਹਦੇ ਇਹਦੀ ਇਹਦੀ ਕੁੜੀ ਦੇ ਮੇਰੇ ਮਾਸੀ ਦੇ ਮੁੰਡੇ ਨਾਲ ਵੀ ਗੱਲ ਸੀਗੀ ਠੀਕ ਹੈ ਇਹ ਸਰ ਇਹ ਗਰੁੱਪ ਬਣਿਆ ਹੋਇਆ ਸਰ ਬਲੈਕਮੇਲ ਕਰਦਾ ਹੈ ਸਰ ਇਹਨਾਂ ਨੇ ਦਰਖਾਸਤ ਲਾਈ ਸੀ ਸਰ ਸਾਡੇ ਤੇ ਸਰ ਐਸਐਸਬੀ ਸਰ ਤੇ ਸਰ ਉਹਨਾਂ ਨੇ ਇਹ ਕਿਹਾ ਸੀ ਵੀ ਕੋਈ ਪ੍ਰੂਫ ਹੈਗਾ ਵਿਆਹ ਦਾ ਕੋਈ ਕੁਛ ਤਰ੍ਹਾਂ ਦੇ ਸਰ ਇਹਨਾਂ ਕੋਲ ਕੋਈ ਕਿਸੇ ਤਰ੍ਹਾਂ ਕੁਛ ਨਹੀਂ ਹੈਗਾ ਸਰ ਸਰ ਬਿਲਕੁਲ ਝੂਠ ਬੋਲੀ ਜਾਂਦੇ ਆ ਸਰ ਸਾਨੂੰ ਲਾਵਾਂ ਫਿਰ ਜੇ ਕੋਈ ਵੀ ਚੀਜ਼ ਵਿਖਾ ਦੇਣ ਸਰ ਇਹ ਬਿਲਕੁਲ ਸਾਡੇ ਨਾਲ ਧੱਕਾ ਕਰੀ ਜਾਂਦੇ ਆ ਸਾਡਾ ਵਿਆਹ ਦੇ ਚੰਗੇ ਪ੍ਰੋਗਰਾਮ ਦੇ ਵੀਗਨ ਪਾਈ ਜਾਂਦੇ ਆ ਸਰ ਸਰ ਅਸਾਸੀ ਲਾਦੂਗਾ ਮੰਡੀ ਦੇ ਰਹਿਣ ਵਾਲੇ ਆ ਸਰ ਹਾਂਜੀ ਹਾਂਜੀ ਸਰ ਸਰ ਇਸ ਬਿੱਲ ਕੋ ਝੂਠ ਹੈ ਇਹ ਸਰ ਆਪਦਾ ਪ੍ਰੂਫ ਸੱਚੀ ਦੇਵੇ ਸਰ ਜਿਹੜਾ ਸਰ ਇਹ ਸਰ ਕਿੱਤੇ ਨੇ ਪਿੰਡ ਵੀ ਵਿਆਹੀ ਰਹੀ ਉੱਥੋਂ ਵੀ ਬੱਚਾ ਛੱਡ ਕੇ ਆਈਏ 7-12 ਸਾਲਾਂ ਦਾ ਸਰ ਸਰ ਇਹ ਸਰ ਬਲੈਕਮੇਲ ਕਰਦੀ ਹੈ ਇਹਨੇ ਸਰ 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 ਇਹਨੇ 5-4 ਲੱਖ ਦੀ ਡਿਮਾਂਡ ਕੀਤੀ ਹੈ ਸਰ ਬਲੈਕਮੇਲ ਸਰ ਇਹਨੇ ਡਿਮਾਂਡ 5 ਲੱਖ ਦੀ ਕੀਤੀ ਹੈ ਸਰ 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 ਸਾਡੇ ਸਰ ਇਹਨੂੰ ਐਸਐਸਬੀ ਨੇ ਜਵਾਬ ਦਿੱਤਾ ਸੀ ਸਰ ਇਹ ਕਹਿੰਦਾ ਬਲੈਕਮੇਲ ਕਰਦੀ ਹੈ ਸਰ ਇਹਦਾ ਕੋਰਟ ਦੇ ਵਿੱਚ ਕੇਸ ਹੈ ਇਹ ਸਰ ਮੇਰੇ ਤੇ ਮੇਰੀ ਮਾਸੀ ਦੇ ਮੁੰਡੇ ਬੈਂਟਰ ਕਰਨ ਨੇ ਸਰ ਜਲਾਲਾਬਾਦ ਮਿਲਣ ਜਾਂਦੀ ਸੀ ਇਹ 2000 ਰੁਪਏ ਰਾਤਾਂ ਦਾ ਲੈਂਦੀ ਸੀ ਸਰ ਇਹ ਜੋ ਵੀ ਕਰਦਾ ਸੀ ਇਹ ਸਾਡੇ ਨਾਲ ਪੱਖਾ ਸੀ ਸਰ ਇਹਨੂੰ ਪੁੱਛ ਸਰ ਮੈਂ ਸਾਡੀ ਮੇਲੇ ਤੇ ਗੱਲ ਹੋਈ ਸੀ ਤੇਰੀ ਮੇਰੇ ਤੇ ਮੇਲੇ ਤੇ ਗੱਲ ਹੋਈ ਸੀ ਕਿ ਨਹੀਂ ਮੇਲੇ ਤੇ ਤਨ ਅਸੀਂ ਇਕੱਠੇ ਸੀ ਆਪਾਂ ਜਦੋਂ ਤੂੰ ਸੁੱਖਾ ਸੀ ਮੈਂ ਸੁੱਖਾ ਲੱਖੇ ਆ ਗਿਆ ਉਹ ਤਾਂ ਉਹਦਾ ਪਹਿਲਾਂ ਉਹਦੇ ਨਾਲ ਵਿਆਹ ਕਰਾਉਂਦੀ ਸੀ ਮੇਰਾ ਤਾਂ ਆਪ ਮੇਰੇ ਨਾਲ ਕਰੀਏ ਮੇਰੇ ਨਾਲ ਆਪ ਮੇਰੇ ਨਾਲ ਆਪ ਮੇਰੇ ਨਾਲ ਸਰ ਮੈਨੂੰ ਇਹ ਦੇਖ ਲਓ ਸਰ ਇਹ ਸੁੱਖਾ ਨਾਲ ਸੀ ਉਹ ਮੇਰਾ ਵਿਆਹ ਕਰਾਉਂਦੀ ਸੀ ਇਕੱਠੇ ਸੀ ਇਹ ਲੱਖੇ ਵਾਲੀ ਨਾਲ ਵਿਆਹ ਕਰਾਉਂਦੀ ਸੀ ਸਰ ਸਾਰਾ ਪ੍ਰੂਫ ਹੈ ਸਾਰਾ ਇਹ ਵਿਆਹ ਨਹੀਂ ਕਰਦੀ ਸਾਨੂੰ ਤਾਂ ਸੁਣੀ ਮੈਨੂੰ ਰਾਤੀ ਸਾਰਾ ਪਤਾ ਲੱਗਾ ਹੈ ਮੈਨੂੰ ਇਨਸਾਫ ਚਾਹੀਦਾ ਔਰ ਮੈਨੂੰ ਕੁਝ ਨਹੀਂ ਚਾਹੀਦਾ ਮੇਰਾ ਪਿੰਡ ਤੁੱਲੇ ਗਿਆ ਅੱਛਾ ਆਦੀ ਭਰਜਾਈ ਨੂੰ ਵੀ ਕੁੱਟ ਮਾਰ ਕੇ ਕੱਢ ਦਿੱਤਾ ਸੀ ਉਹਨਾਂ ਇਹਨਾਂ ਨੂੰ ਆ ਕੇ ਕਾਹ ਤੋਂ ਰੋਕਦੇ ਪੈ ਜੇ ਕੀ ਚੱਕਰ ਹੈ ਨਹੀਂ ਤਾਂ ਇਹ ਮੇਰੇ ਮੈਨੂੰ ਕਹਿੰਦਾ ਸੀ ਮੈਂ ਇਹਨੂੰ ਰੱਖਾ ਥੋੜਾ ਮੈਨੂੰ ਕਿਉਂ ਨਹੀਂ ਰੱਖਦਾ ਇਹ ਸਾਰੇ ਮੇਰੇ ਨਾਲ ਧੱਕੇ ਖਾਦੇ ਸੀ ਹੁਣ ਮੈਂ ਮਾੜੀ ਹੋ ਗਈ ਮਾੜਾ ਮੋਟਾ ਸਾਡਾ ਘਰ ਦਾ ਮੈਟਰ ਹੈਗਾ ਸਾਡਾ ਰੋਲਾ ਪੈ ਗਿਆ ਮੈਨੂੰ ਕਹਿੰਦਾ ਮੇਰੇ ਕੋਲ ਆਂਦਾ ਜਾਂਦਾ ਵੀ ਜੂਆ ਖੇਡ ਜਾਂਦਾ ਹੈ ਉਹ 2.5 ਲੱਖ ਰੁਪਈਆ ਹੈਗਾ ਸੀ ਮੇਰਾ ਉਹ ਵੀ ਖਾ ਗਿਆ ਹੁਣ ਮੇਰੇ ਤੋਂ ਕੁਝ ਨਹੀਂ ਛੱਡਾ ਸੀ ਜਦੋਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਇਹਨਾਂ ਸਾਡਾ ਰੱਖ ਦਿੱਤੀ ਹੁਣ ਮੈਂ ਮਾੜੀ ਲੱਗਣ ਲੱਗ ਪਈ ਮੇਰੇ ਨਾਲ ਗੱਲਾਂ ਕਿਉਂ ਕਰਦਾ ਹੈ ਮੈਨੂੰ ਸਾਫ ਚਾਹੀਦਾ ਇਹ ਨਹੀਂ ਮਾਂ ਵਿਆਹ ਕਰ ਦਿੱਤੀ ਇਹਨਾਂ ਨਾਲ ਖਰਾਬ ਕੀਤੀ ਮਾਂ ਕਹਿੰਦੀ ਮੈਂ 7 ਵਿਆਹ ਕਰਨੇ ਆ ਹੋਰ ਡਾਕੂ ਨੇ ਹੋਰ ਡਾਕੂ ਹੋ ਗਏ ਨੇ ਦਿਨ ਚੋਰੀਆਂ ਕਰਦਾ ਬੁਲਟ ਦੇ ਨਾਲ ਬੋਲ ਮੈਨੂੰ ਹੁੰਦੇ ਬੜੀ ਫਰਜ਼ੀ ਕੁੜੀ ਹੈ ਆਈਆਂ ਸਾਰੀਆਂ ਭਾਈ ਕੀ ਮਸਲਾ ਕੀ ਹੈਗਾ ਇਹ ਔਰਤ ਜਿਹੜਾ ਰੌਲਾ ਪਾਈ ਜਾਂਦੀ ਹੈ ਸਲੀਤ ਕੀ ਹੈ ਸਲੀਤ ਜੀ ਇਹ ਧੱਕੇ ਨਾਲ ਆਈ ਹੈ ਘਰੇ ਠੀਕ ਹੈ ਧੱਕੇ ਤੋਂ ਬਾਅਦ ਉਸ ਤੋਂ ਬਾਅਦ ਜੀ
ਧੱਕਾ ਕਰਦੀ ਕਿ ਮੇਰੇ ਨਾਲ ਵਸਣਾ ਚਾਹ ਰਹੇ ਨਹੀਂ ਉਹ ਕਹਿੰਦੀ ਵੀ ਮੁੰਡੇ ਦੇ ਨਾਲ ਮੈਰਿਜ ਮੁੰਡੇ ਨੇ 3 ਸਾਲ ਮੈਨੂੰ ਨਾਲ ਰੱਖਿਆ ਕੋਈ ਜੀ ਇਹਦੇ ਲਾਵਾ ਫਿਰੇ ਹੋਏ ਉਹਨਾਂ ਪ੍ਰੂਫ ਬਰਾਤ ਗਏ ਹੋਈ ਅਸੀਂ ਪ੍ਰੂਫ ਕਰਾ ਦੇਵੇ ਜੀ ਨਹੀਂ ਨਾਲ ਰਹੀ ਉਹ ਕਹਿੰਦੀ ਮੇਰੇ ਕੋਲ ਰਿਕਾਰਡਿੰਗ ਨਹੀਂ ਰਹੀ ਜੀ ਕੋਈ ਰਹੀ ਨਹੀਂ ਕੁੜੀ ਦੀਆਂ ਕਿੱਥੇ ਵਿਆਹ ਰਹੀ ਹੈ ਸਾਡੇ ਕੋਲ ਡਿਮਾਂਡ ਕਰਦੀ 3 ਲੱਖ ਰੁਪਈਆ ਮੰਗਦੀ ਅਸੀਂ ਕਿੱਥੋਂ ਦਈਏ ਗਰੀਬ ਘਰ ਹੈਗੇ ਆ ਅੱਜ ਜੀ ਇਹ ਸਾਨੂੰ ਵਿਚੋਲਿਆਂ ਨੇ ਜੂਠੇ ਜੜਾਕੇ ਦਿੱਤੇ ਆ ਵੀ ਮੁੰਡਾ ਬਿਲਕੁਲ ਕੁਆਰਾ ਹੈ ਵੀ ਸਾਨੂੰ ਉਹਨੇ ਆਹ ਗਰੀਬੀ ਕਰਕੇ ਅਸੀਂ ਬਹੁਤ ਕੁੜੀ ਦਾ ਪਾਰਾ ਲਾ ਇਹ ਨਾ ਸਾਨੂੰ ਠੱਗ ਤੇ ਆ ਜਾ ਕੇ ਸਾਨੂੰ ਨਹੀਂ ਪਤਾ ਸੀ ਆ ਚੰਦਾ ਕਪੜਾ ਦਿੱਤਾ ਅਸੀਂ 2-3 ਲੱਖ ਨੂੰ ਪੈ ਗਏ ਸਾਨੂੰ ਨਹੀਂ ਪਤਾ ਸੀ ਵੀ ਮੁੰਡਾ ਪਹਿਲਾਂ ਵਿਆਹ ਨਹੀਂ ਜੀ ਸਾਨੂੰ ਵਿਚੋਲਿਆ ਸਹੁੰ ਜਾਣਦੇ ਸੀ ਬਈ ਬਿਲਕੁਲ ਕੁਆਰਾ ਹੈ ਸਾਨੂੰ ਇਹਦੀ ਕੋਈ ਚਲਾਹ ਨਹੀਂ ਮਿਲੀ ਅਸੀਂ ਵਿੱਚੋਂ ਦਰਾਸੇ ਪਾਲ ਵੀ ਕਰਦੇ ਰਹੇ ਉਹਨੇ ਨਹੀਂ ਆਖਾ ਵੀ ਹੋਇਆ ਅੱਜ ਜੀ ਉਹਨਾਂ ਕਿਹ ਲਵਾਇਆ ਇਹ ਭੱਜ ਗਏ ਇਹ ਪਿੱਛੇ ਕਾੜਾ ਲਾੜਾ ਜੀ ਗਿਆ ਚਲਾ ਉਹ ਭੱਜ ਗਿਆ ਉਹ ਕਿਹੜੇ ਏਦੂ ਆਏ ਸੀ ਨਾ ਜੀ ਜਿਹਦਾ ਰੋਲਾ ਸੀ ਉਹ ਨਾ ਆਏ ਤੇ ਉਹ ਭੱਜ ਗਏ ਹੁਣ ਤੁਸੀਂ ਕੀ ਮੰਗ ਕਰਦੇ ਸਾਡਾ ਜੀ ਹੁਣ ਇਹਦੇ ਵਿੱਚ ਸਾਡਾ ਤੁਹਾਡੀ ਸਜ਼ਾ ਦਿਓ ਅਸੀਂ ਵੀ ਗਰੀਬ ਬੰਦੇ ਲੋਕਾਂ ਦੀ ਖਰਚਾ ਆ ਗਿਆ ਸਾਡਾ ਜੀ 2 ਲੱਖ ਤੋਂ ਉੱਤੇ ਤੇ 2.5 ਲੱਖ ਦੇ ਨੇੜੇ ਆ ਜਿਹੜਾ ਤੁਸੀਂ ਇਹ ਖਰਚਾ ਕੀਤਾ ਹਾਂਜੀ ਤੁਹਾਡਾ ਨੁਕਸਾਨ ਹੋ ਗਿਆ ਕਿੰਨੇ ਬੱਚੇ ਨੇ ਤੁਹਾਡੇ ਹਾਂਜੀ ਕਿੰਨੀਆਂ ਕੁੜੀਆਂ ਕਿਹਨਾਂ ਨੇ ਬੱਕਰੀਆਂ ਵੇਚਦੇ ਹਾਂਜੀ ਕੀ ਕੰਮ ਕੀ ਕਰਦੇ ਅਸੀਂ ਬੱਕਰੀਆਂ ਚਰਾਵੀ ਦਾ ਜੀ ਜਾੜੀ ਦੱਪਾ ਅੱਛਾ ਬੱਕਰੀਆਂ ਵੇਚ ਕੇ ਅੱਜ ਵਿਆਹ ਕਰਨ ਲੱਗੇ ਹਾਂਜੀ 20 ਨਾਗ ਵੇਚੇ ਨੇ ਅੱਛਾ ਸਾਰੇ ਸੁਮਣ ਵਾਲੀ ਹੈਗੇ ਸੀ ਅਸੀਂ ਬੱਚੇ ਕੋਈ ਨਹੀਂ ਵੇਖਿਆ ਸੀ ਸਾਨੂੰ ਨਹੀਂ ਦਰਾਸੇ ਵਿੱਚ ਇਹਨਾਂ ਵਿਚੋਲਿਆਂ ਸਾਨੂੰ ਮਾਰ ਦਿੱਤਾ ਸਰ ਮਸਲਾ ਪਹਿਲਾਂ ਤਾਂ ਇਸ ਗੱਲ ਦਾ ਪਤਾ ਨਹੀਂ ਹੈਗਾ ਸੀ ਸਵੇਰੇ ਮੇਰੇ ਕੋਲ ਗਏ ਨੇ ਦੂਸਰਾ ਪਹਿਲਾਂ ਇਹਦਾ ਵਿਆਹ ਪਹਿਲਾਂ ਤਾਂ ਕਹਿੰਦੇ ਨੇ 2 ਅੱਗੇ 3 4 ਇਹ ਵਿਆਹ ਤੀਜੇ ਜਿਹੜੀ ਕੁੜੀ ਨੇ ਹੈਗੀ ਤੀਜੀ ਥਾਂ ਉਹ ਮੇਰੇ ਘਰ ਸੁਬਹਾ ਗਏ ਸੀ ਵੀ ਸਰਪੰਚ ਸੁਬਹਾ ਗੱਲ ਹੈ ਤਾਂ ਬਾਤ ਹੈ ਮੈਂ ਚੱਲ ਕੋਈ ਡਰ ਨਹੀਂ ਤੁਸੀਂ ਆਏ ਜੀ ਆਇਆਂ ਨੂੰ ਅਸੀਂ ਉਹਨਾਂ ਨੂੰ ਬਿਠਾ ਤੇ ਅਤੇ ਚਾਹ ਪਾਣੀ ਪਵਾਇਆ ਅਤੇ ਕਹਿੰਦੇ ਨੇ ਵੀ ਤੁਹਾਨੂੰ ਬੁਲਾਵਾਂਗੇ ਵੀ ਜਿਸਲੇ ਬਰਾਤ ਆਈ ਤਾਂ ਅਤੇ ਮੈਂ ਕਿਹਾ ਚੱਲ ਕੋਈ ਡਰ ਨਹੀਂ ਬੁਲਾ ਲਓ ਜਿਸ ਟਾਈਮ ਵੀ ਕੋਈ ਹੋਵੇ ਮੈਂ ਕਿਹਾ ਤੁਸੀਂ ਲਾਈ ਦਰਖਾਸਤ ਮੈਂ ਉੱਥੇ ਆਏ ਚੌਕੀ ਗਵਾਏ ਸੀ ਉਹਨੇ ਬਰਾਤ ਬਰੂਤ ਲੈ ਤੇ ਆਏ ਨੇ ਉੱਧਰੋਂ ਮੁੰਡਾ ਅਤੇ ਇਹਨਾਂ ਦਾ ਤੂੰ ਅੱਗੋਂ ਪਿੱਛੋਂ ਅੱਥੀ ਵਾਏ ਮੁੰਡਾ ਹੋ ਗਿਆ ਫਿਰ ਉਹਨਾਂ ਦਾ ਬਰਾਤੀ ਜਿਹੜੇ ਆਏ ਨੇ ਚਲੋ ਪਿੰਡ 'ਚ ਬਹੁਤ ਵਾਰ ਬੰਦਿਆਂ ਨੇ ਛਡਾ ਛਡੂ ਦਿੱਤਾ ਅੱਗੋਂ ਪਿੱਛੋਂ ਹੁਣ ਪੁਲਿਸ ਆਈ ਹੁਣ ਪੁਲਿਸ ਲੈਂਦੀ ਕਿਹੜਾ ਸਟੇਸ਼ਨ ਲੈਂਦੀ ਹੈ ਸਰਪੰਚ ਸਾਹਿਬ ਸ਼ਰਮਨਾ ਗੱਲ ਨਹੀਂ ਆ ਸ਼ਰਮਨਾਥ ਗੱਲ ਹੈ ਸਰ ਵੀ ਅੱਗੇ 3 ਘਰ ਜਾੜੇ ਹੋਏ ਚੌਥਾ ਇੱਕ ਹੋਰ ਜਾਣ ਲੱਗਾ ਕੁਆਰੀ ਕੁੜੀ ਦਾ ਇਹ ਬਹੁਤ ਸ਼ਰਮਿਸ਼ਾਰ ਗੱਲ ਹੈ ਤੁਹਾਡੇ ਸਾਹਮਣੇ ਕੀ ਹੋਣਾ ਚਾਹੀਦਾ ਵੀ ਬੰਦਿਆਂ ਨਾਲ ਕਾਰਵਾਈ ਹੋਣੀ ਚਾਹੀਦੀ ਸਰ ਵੱਧ ਤੋਂ ਵੱਧ ਜਿੰਨੀ ਵੀ ਹੋ ਸਕਦੀ ਹੈ ਪੁਲਿਸ ਇਹਦੇ 'ਤੇ ਕਾਰਵਾਈ ਪਾਏ